मेरे को मतलब प्रूफ भी है, मेरा भरा मेनू बयान भी दे के गया। अगे जो भी होगा मैं करा, मैं अपने भरा दे विरुद्ध नहीं जान दवांगी, क्योंकि ओ कुड़ी ने इन्ना ज्यादा मेरे भरा नूं टॉर्चर वाली गल हो गई है बाजी। ये कोई माड़ी मोटी गल नहीं है, इन्हां ने सोचा ओहदा मां प्यो नहीं है, कोई नहीं है। कोमलदीप ने दरबार के दवाई खा ली ना कुटिया। पंज सालां दा इश्क नसूर बन गया, लड़की ने लड़के नूं अपने घर सद्या, ते उस तों बाद शुरू होई ऐसी साजिश कि अज लड़का इस दुनिया च नहीं रहा। उस लड़के दी भैण इंसाफ दी मंग कर रही है, क्योंकि उसका इल्जाम है कि उसका भरा जिस नाल प्यार करता सी उसने घर बुला के बेवफाई की, अपने परिवार के कोलों उसनू यातनावां दवाइयां, तो यही नहीं कोई जहरीली चीज़ दे के उसका कत्ल कर दिता। प्यार तो नफरत की इस दास्तान के पिछे की वजह की सी, इसकी पड़ताल तो हुण पुलिस कर रही है, पर फिलहाल इस कहानी दे विच उस शख्स की मौत हो चुकी है जो लड़की नाल बेइंतहा मुहब्बत करता सी। तुसीं आप ही देख लवो की है पूरा मामला। दैनिक पहल पंजाबी टीवी दे लई गुरदासपुर तों रोहित गुप्ता दी रिपोर्ट। मेरा भरा नूं कुड़ी ने घर सद के उन्हां ने पहलां मारिया कुट्टिया, फिर ओहदे मूंह च कोई जहरीली चीज़ पाई है। मेरे भरा ने जान बचाउण दी कोशिश कीती, ओह मतलब कि भज्जिया उत्थों ते जा के डिग पिया, फिर उहने फोन फान करके मुंडिया नूं सद्या सुद्या। ਇਹ ਉਹ ਕੁੜੀ ਨੂੰ ਚਾਹੁੰਦਾ ਸੀ, ਉਹ ਕੁੜੀ ਮਤਲਬ ਕਿ ਇੱਦਾਂ ਦੀ ਕਿ ਉਹਨੇ ਇੰਨਾ ਕਿ ਇਹਨੂੰ ਗੁੰਮਰਾਹ ਕੀਤਾ ਸੀ ਆਪਣੇ ਮਾਂ ਪਿਓ ਦੇ ਸਾਹਮਣੇ, ਮਤਲਬ ਕਿ ਕਹਿੰਦੀ ਕਿ ਮੈਂ ਇਹਦੇ ਨਾਲ ਨਹੀਂ ਵਿਆਹ ਕਰਾਵਾਂਗੀ। ਇਹਨੂੰ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰਦੀ, ਇਹਨੂੰ ਬਹੁਤ ਜ਼ਿਆਦਾ ਮਤਲਬ ਕਿ ਇੱਕ ਕਿਸਮ ਦਾ ਟੋਰਚਰ ਵਾਲਾ ਹਿਸਾਬ ਸੀ ਇਹਦਾ, ਇੱਦਾਂ ਦਾ ਸਿਸਟਮ ਸੀ। ਇਹ ਕੋਈ 5 ਕੁ ਸਾਲ ਹੋ ਗਏ ਆ, 5-6 ਸਾਲ ਪਹਿਲਾਂ ਹੋਇਆ ਸੀ ਵਿਆਹ ਇਹਦਾ, ਫਿਰ ਤੂੰ ਹੁਣ ਛੱਡ ਛਿੜਾ ਮਤਲਬ ਕਿ ਚੱਲਦਾ ਪਿਆ ਜੇ ਇਹਦਾ ਹਿਸਾਬ ਤਾਂ। ਫਿਰ ਵੀ ਮੇਰੇ ਭਰਾ ਨੂੰ ਹੁਣ ਫਿਰ ਇਹਨੇ ਮਤਲਬ ਕਿ ਇਹਨੂੰ ਸੱਦਿਆ ਘਰ ਘਰ ਸੱਦ ਕੇ ਅਤੇ ਇਹਨਾਂ ਨੂੰ ਮਾਰਿਆ ਕੁੱਟਿਆ, ਮਾਰ ਕੁੱਟ ਕੇ ਉਹਦੇ ਮੂੰਹ 'ਚ ਜ਼ਹਿਰੀਲੀ ਚੀਜ਼ ਪਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਮਤਲਬ ਕਿ ਪ੍ਰੂਫ ਵੀ ਹੈ, ਮੇਰਾ ਭਰਾ ਮੈਨੂੰ ਬਿਆਨ ਵੀ ਦੇ ਕੇ ਗਿਆ। ਹਾਂਜੀ, ਮੁੰਡੇ ਦੀ ਡੈਥ ਹੋ ਗਈ, ਅਸੀਂ ਇਨਸਾਫ ਚਾਹੁੰਦੇ ਹਾਂ। ਉਸ ਕੁੜੀ ਨੂੰ ਜੇਲ੍ਹ ਦੇ ਪਿੱਛੇ ਸੁੱਟਿਆ ਜਾਏ ਜਿਹਨੇ ਮੇਰੇ ਭਰਾ ਦਾ ਇਹ ਕੰਮ ਕੀਤਾ, ਉਹਨੂੰ ਕਿਉਂ ਪਰੇਸ਼ਾਨ ਤੰਗ ਪਰੇਸ਼ਾਨ ਕਰਦੀ, ਮੈਨੂੰ ਇਨਸਾਫ ਚਾਹੀਦਾ। ਮੈਂ ਉਸ ਕੁੜੀ ਨੂੰ ਜੇਲ੍ਹ ਦੇ ਪਿੱਛੇ ਵੇਖਣਾ ਚਾਹੁੰਦੀ, ਉਹਦੀ ਕੁੜੀ ਨੂੰ ਅਤੇ ਕੁੜੀ ਦੇ ਮਾਂ ਪਿਓ ਨੂੰ। ਅੱਗੇ ਜੋ ਵੀ ਹੋਏਗਾ ਮੈਂ ਕਰਾਂਗੀ, ਮੈਂ ਆਪਣੇ ਭਰਾ ਦੀ ਵਿਰਤ ਨਹੀਂ ਜਾਣ ਦੇਵਾਂਗੀ, ਕਿਉਂਕਿ ਉਹ ਕੁੜੀ ਨੇ ਇੰਨਾ ਕੁ ਜ਼ਿਆਦਾ ਮੇਰੇ ਭਰਾ ਨੂੰ ਟੋਰਚਰ ਵਾਲੀ ਗੱਲ ਹੋ ਗਈ ਆ ਭਾਜੀ। ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਇਹਨਾਂ ਨੇ ਸੋਚਿਆ ਉਹਦਾ ਮਾਂ ਪਿਓ ਨਹੀਂ ਹੈ, ਕੋਈ ਨਹੀਂ ਹੈ। ਇਹ ਸਾਰਾ ਕੁਝ ਪਿਆਰ ਸੰਬੰਧਾਂ ਦੇ ਕਰਕੇ ਹੋਇਆ। ਕੁੜੀ ਪੈਰ ਪੈਰ ਤੇ ਮੁੱਕਰਦੀ ਪਈ ਸੀ, ਕਿਉਂ ਮੁੱਕਰਦੀ ਪਈ ਸੀ? ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦੀ ਰਿਸ਼ਤੇਦਾਰੀ ਸੀ, ਉੱਥੇ ਕਿਸੇ ਵਿਆਹ ਦੇ ਵਿੱਚ ਮਿਲਾਪ ਹੋਇਆ, ਉੱਥੋਂ ਇਹਨਾਂ ਦਾ ਪ੍ਰੇਮ ਸੰਬੰਧ ਜਿਹੜਾ ਉਹ ਚਾਲੂ ਹੋ ਗਿਆ। ਉਹ ਤੋਂ ਬਾਅਦ ਕੁੜੀ ਨੇ ਇਹਦੇ ਨਾਲ ਵਿਆਹ ਦੇ ਪੂਰੇ ਨਾਲੇ ਲਾਏ ਵੀ ਤੇਰੇ ਨਾਲ ਹੀ ਵਿਆਹ ਕਰਾਉਣਾ ਜੋ ਮਰਜ਼ੀ ਹੋ ਜੇ। ਮੁੰਡੇ ਰਿਸ਼ਤੇ ਬੜੇ ਆਉਂਦੇ ਸੀ, ਕਹਿੰਦੀ ਤੂੰ ਜੇ ਰਿਸ਼ਤਾ ਕੀਤਾ ਤਾਂ ਮੈਂ ਮਰ ਜਾਣਾ। ਉਹ ਮੁੰਡਾ ਕਹਿੰਦਾ ਕੋਈ ਨਹੀਂ, ਮੈਂ ਤੇਰੇ ਨਾਲ ਹੀ ਕਰਾਵਾਂਗਾ। ਉਸ ਤੋਂ ਬਾਅਦ ਕੀ ਹੋਇਆ ਵੀ ਇਹ ਕੁੜੀ ਨੇ ਵਿਆਹ ਕਰਾ ਲਿਆ ਹੋਰ ਕਿਤੇ। ਮੁੰਡਾ ਕਹਿੰਦਾ ਵੀ ਤੂੰ ਹੁਣ ਮੈਨੂੰ ਨਾਲੇ ਲਾਏ ਕਿਉਂ ਵਿਆਹ ਕਰਾਇਆ? ਕਹਿੰਦੀ ਮੈਨੂੰ ਪਿਓ ਦੀ ਪੱਗ ਰੱਖਣੀ ਪੈਣੀ ਇੱਕ ਵਾਰੀ, ਅਤੇ ਕੋਈ ਗੱਲ ਨਹੀਂ ਤੂੰ ਮੈਨੂੰ ਵਿਆਹ ਕਰਾ ਲੈਂਦੇ, ਮੈਂ ਉੱਥੋਂ ਤਲਾਕ ਲੈ ਕੇ ਫਿਰ ਤੇਰੇ ਨਾਲ ਹੀ ਵਿਆਹ ਕਰਾਵਾਂਗੀ। ਉੱਥੋਂ ਜੀ ਹਫ਼ਤਾ ਹੀ ਹੋਇਆ ਜੇ ਕੁੜੀ ਦਾ ਵਿਆਹ ਹੋਏ ਨੂੰ, ਅਤੇ ਇਹਨੂੰ ਫਿਰ ਫੋਨ ਕਰਨੇ ਸ਼ੁਰੂ ਕਰਤੇ, ਜਿਹੜੀ ਕਿ ਚੂੜੇ ਵਾਲੀਆਂ ਫੋਟੋਆਂ ਸਾਡੇ ਕੋਲ ਪ੍ਰੂਫ ਦੇ ਆਧਾਰ 'ਤੇ ਹੈਗੀਆਂ ਨੇ। ਕੱਲ੍ਹ ਮੁੜ ਕੇ ਇਹ ਕੁੜੀ ਨੇ ਇਹਨੂੰ ਕਿਤੇ ਘਰ ਸੱਦਿਆ ਮੁੰਡੇ ਨੂੰ। ਆਪਾਂ ਵੀ ਇੱਕ ਦਿਨ ਗਏ ਹਾਂ ਅਤੇ ਉਹ ਕੁੜੀ ਮੁੱਕਰ ਗਈ ਵੀ, ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ, ਸਾਡੇ ਸਾਹਮਣੇ ਮੁੱਕਰੀ ਆ। ਤੁਸੀਂ ਸਾਰੇ ਰਿਸ਼ਤੇਦਾਰ ਮੇਰਾ ਅਸੀਂ ਗੁਆਂਢੀ ਹਾਂ, ਫੈਮਿਲੀ ਮੈਂਬਰ ਹਾਂ, ਅਤੇ ਇਹ ਇੱਕ ਮੁੰਡੇ ਨੇ ਦਰਖਾਸਤ ਦਿੱਤੀ ਕੁੜੀ ਦੇ ਵੀ ਮੈਨੂੰ ਕਿਉਂ ਤੰਗ ਪਰੇਸ਼ਾਨ ਕਰਦੀ, ਜੇ ਵਿਆਹ ਕਰਾਉਣਾ ਕਰਾਵੇ ਨਹੀਂ ਤਾਂ ਮੇਰਾ ਖਹਿਰਾ ਛੱਡੇ। SSP ਦਫ਼ਤਰ ਸਾਹਿਬ ਰਜਿਸਟਰਡ ਕਰਵਾਈ, ਉਹਨਾਂ ਨੇ ਵੂਮੈਨ ਸੈੱਲ 'ਤੇ ਮਾਰ ਕੀਤੀ। ਇਹੀ ਫਾਦਰ ਸਾਹਿਬ ਇਹਨਾਂ ਦੇ ਆਏ, ਕਹਿੰਦੇ ਸਾਨੂੰ ਟਾਈਮ ਦਿਓ ਸ਼ੁੱਕਰਵਾਰ ਦਾ, ਸਾਡੇ ਘਰ ਕੋਈ ਪ੍ਰੋਬਲਮ ਆ, ਉੱਥੇ ਲਿਖਿਆ ਹੋਇਆ ਸਾਈਨ ਹੋਏ ਹੋਏ ਵਗੈਰਾ ਉਹਨਾਂ ਦੇ। ਮੁੜ ਕੇ ਕੱਲ੍ਹ ਇਹਨੂੰ ਮੁੰਡੇ ਨੂੰ ਕਿਤੇ ਫੋਨ ਆਇਆ ਕੁੜੀ ਨੂੰ ਵੀ ਮੇਰੇ ਮਾਂ ਬਾਪ ਜਿਹੜੇ ਆ ਰਾਜ਼ੀ ਹੋ ਗਏ ਆ ਅਤੇ ਤੂੰ ਘਰ ਆ ਜਾ। ਇਹ ਚਲ ਗਿਆ,
ਇਹ ਜਦੋਂ ਚਲ ਗਿਆ ਤਾਂ ਉਹਨੇ ਇਹਨਾਂ ਨੇ ਕਿਤੇ ਮੁੰਡੇ ਦੇ ਦੱਸਣ ਮੁਤਾਬਕ ਬਾਅਦ ਵਿੱਚ ਚੁੱਕ ਕੇ ਮੈਂ ਲਿਆਇਆ ਵਾਂ ਅਸੀਂ ਜਦੋਂ ਜੋ ਕੁਝ ਉਹਨੂੰ ਪੁੱਛਿਆ ਵਾ ਕਹਿੰਦਾ ਜਦੋਂ ਮੈਂ ਘਰ ਗਿਆ ਵਾਂ ਇਹਨਾਂ ਮੈਨੂੰ ਘਰ ਵਾੜ ਕੇ ਗਏ ਚੀਜ਼ ਘੋਲ ਕੇ ਜ਼ਹਿਰੀਲੀ ਪਦਾਰਥ ਕੋਈ ਮੇਰੇ ਮੂੰਹ 'ਚ ਪਾਤੀ ਆ ਮੈਂ ਉੱਥੋਂ ਬਚ ਕੇ ਤਿੰਨ ਜਾਣੇ ਉਹ ਘਰ ਦੇ ਦੋ ਤਿੰਨ ਅਣਪ ਛਾਪੇ ਉਹਨੂੰ ਪਤਾ ਨਹੀਂ ਉਹਨਾਂ ਬਾਰੇ ਕੁੱਟਿਆ ਮਾਰਿਆ ਘੋਲ ਕੇ ਮੂੰਹ ਦੇ ਵਿੱਚ ਪਾਈ ਫਿਰ ਉਹਦਾ ਮੈਂ ਉੱਥੋਂ ਭੱਜਿਆ ਭੱਜ ਕੇ ਆਪਣੀ ਜਾਨ ਬਚਾਈ ਮੈਨੂੰ ਵੀ ਉਸ ਉਹਦੀ ਜ਼ਹਿਰੀਲੀ ਦਵਾਈ ਖਾਣ ਦੇ ਨਾਲ ਪਤਾ ਨਹੀਂ ਲੱਗਾ ਕਿੱਦਾਂ ਜਾਣਾ ਉਹਨੇ ਸਾਡਾ ਪਿੰਡ ਕਿਸ ਪਾਸੇ ਨੂੰ ਆ ਉਹ ਦੀਨਾਨਗਰ ਨੂੰ ਮੋਟਰਸਾਈਕਲ ਪਾ ਦਿੱਤਾ ਜਿੱਥੋਂ ਤੱਕ ਉਹਦੇ ਕੋਲ ਚੱਲਿਆ ਮੋਟਰਸਾਈਕਲ ਚੱਲਿਆ ਇਹਦੇ ਥੱਲੇ ਡਿੱਗ ਪਿਆ ਮੋਟਰਸਾਈਕਲ ਸਾਈਡ 'ਤੇ ਥੱਲੇ ਡਿੱਗ ਪਿਆ ਬਾਅਦ ਵਿੱਚ ਉਹਨੇ ਆਪਣੇ ਫੋਨ ਤੋਂ ਉਹਦੇ ਫੋਨ ਸੀ ਅਤੇ ਫੋਨ ਤੋਂ ਸਾਨੂੰ ਫੋਨ ਕੀਤਾ ਵੀ ਮੈਂ ਡਿੱਗ ਪਿਆ ਮੈਨੂੰ ਲੈ ਜਾਓ ਮੁੰਡੇ ਦੀ ਡੈਥ ਹੋ ਗਈ ਉਹਨੇ ਵੀਡੀਓ ਦੇ ਵਿੱਚ ਸਾਨੂੰ ਬਿਆਨ ਸਭ ਕੁਝ ਦਿੱਤਿਆ ਵੀ ਇੱਦਾਂ ਮੈਨੂੰ ਕੁੱਟਿਆ ਮਾਰਿਆ ਜੋ ਵੀ ਆ ਕੀ ਚਾਹੁੰਦੇ ਹੁਣ ਅਸੀਂ ਸਾਰੇ ਇਨਸਾਫ ਚਾਹੁੰਦੇ ਹਾਂ ਜੀ ਬਾ ਇੰਨਾ ਇੰਨਾ ਜਵਾਨ ਮੁੰਡਾ 6 ਫੁੱਟ 2 ਇੰਚ ਆ ਹਾਈਟ ਆ ਮਾਂ ਪਿਓ ਦਾ ਹੈ ਨੀਗਾ ਇਹਨਾਂ ਸੋਚਿਆ ਵੀ ਇਹਦੇ ਮਗਰ ਕੋਈ ਨਹੀਂ ਆ ਇਹ ਕਰਕੇ ਉਹਨਾਂ ਇਹਦੇ ਨਾਲ ਧੱਕਾ ਕੀਤਾ ਇਨਸਾਫ ਚਾਹੁੰਦੇ ਹਾਂ ਜੀ ਪੂਰੀ ਸੁਖਵਿੰਦਰ ਸਿੰਘ ਵਾਸੀ ਖਹਿਰਾ ਕੋਟਲੀ ਦੀ ਸ਼ੱਕੀ ਹਾਲਾਤਾਂ ਵਿੱਚ ਪਿੰਡ ਸੰਦਲਪੁਰ ਜਾਣ ਨਾਲ ਮੌਤ ਹੋਈ ਹੈ ਇਹਦੇ ਬਾਰੇ ਆਪਾਂ ਤਫਤੀਸ਼ ਕਰ ਰਹੇ ਹਾਂ ਸਿਵਲ ਹਸਪਤਾਲ ਪੁੱਜ ਕੇ ਇਹਦੀ ਡੈਡ ਬੋਡੀ ਚੈੱਕ ਕਰਕੇ ਜੋ ਵੀ ਸਾਹਮਣੇ ਆਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਲਵ ਰਿਲੇਸ਼ਨ ਦਾ ਕੋਈ ਮਾਮਲਾ ਸਾਹਮਣੇ ਅਜੇ ਤੱਕ ਨਹੀਂ ਇਹਦੇ ਬਾਰੇ ਕੋਈ ਘਰਦਿਆਂ ਨੇ ਕੋਈ ਬਿਆਨ ਕੋਈ ਇੱਦਾਂ ਦੇ ਲਿਖ ਰਹੇ ਹਾਂ ਅਜੇ ਲਿਖਣ ਤੋਂ ਬਾਅਦ ਜੋ ਹੋਏਗੀ ਤੁਹਾਡੇ ਵੀ ਨੋਟਸ ਵਿੱਚ ਲੈਂਦੇ ਜਾਏ ਕੀ ਕਾਰਵਾਈ ਵੈਸੇ ਅਮਲ 'ਚ ਲਿਆਂਦੀ ਗਈ ਹੁੰਦਾ ਅਜੇ ਤੱਕ ਤਾਂ ਚੈੱਕ ਹੀ ਕਰ ਰਹੇ ਹਾਂ ਆਏ ਹਾਂ ਜੇ ਉਹ ਬਿਆਨ ਦੇ ਰਹੇ ਨੇ ਉਹਦੇ ਘਰ ਦੇ ਜਿਵੇਂ ਬਿਆਨ ਦੇਣਗੇ ਉਹਦੇ ਮੁਤਾਬਕ ਕਰ ਰਹੇ ਹਾਂ